कामा गाटा मारू जहाज का सारा जो कांड वापरिया उहदे बारे आपां सारयां नूं पता है कि इस तो पहला राजबिंदर सिंह राही की किताब तो पहला बहुत किताबां आ चुकियां, बहुत गल्लां हो चुकियां। सो जदों कोई इतिहासकार किसी अजिहे विशे बारे लिखण नूं सोचदा है जिहदे बारे पहले किताबां लिखियां जा चुकियां हुंदियां, ਤਾਂ ਜਿਹਦਾ ਮਤਲਬ ਇਹ ਹੈ ਕਿ ਉਹਨੂੰ ਇਹ ਲੱਗ ਰਿਹਾ ਹੁੰਦਾ ਕਿ ਜਾਂ ਤਾਂ ਕੁਛ ਤੱਥ ਜਿਹੜੇ ਨੇ ਅਹਿਮ ਉਹ ਪਹਿਲੀਆਂ ਕਿਤਾਬਾਂ ਦੇ ਵਿੱਚ ਨਹੀਂ ਆਏ, ਉਹ ਕੋਈ ਨਵੇਂ ਤੱਥ ਲੈ ਕੇ ਆਉਂਦਾ। ਤੱਥਾਂ ਨਾਲੋਂ ਇੱਕ ਹੋਰ ਵੱਧ ਇੰਪੋਰਟੈਂਟ ਗੱਲ ਉਹਨੂੰ ਇਹ ਲੱਗ ਸਕਦੀ ਹੈ ਕਿ ਤੱਥਾਂ ਦੀ ਸਹੀ ਇੰਟਰਪ੍ਰਟੇਸ਼ਨ ਨਹੀਂ ਹੋਈ ਪਹਿਲੇ ਲੇਖਕਾਂ ਵੱਲੋਂ। ਤੱਥ ਭਾਵੇਂ ਉਹੀ ਹੋਣ, ਥੋੜ੍ਹੇ ਬਹੁਤੇ ਨਵੇਂ ਵੀ ਲਿਆ ਸਕਦਾ ਬੰਦਾ, ਪਰ ਉਹ ਤੱਥਾਂ ਨੂੰ ਇੰਟਰਪ੍ਰੈਟ ਕਿਵੇਂ ਕਰਨਾ, ਕਿਉਂਕਿ ਇਤਿਹਾਸ ਸਿਰਫ ਤੱਥਾਂ ਦਾ ਸੰਗ੍ਰਹਿ ਨਹੀਂ ਹੁੰਦਾ, ਉਹ ਤੱਥਾਂ ਨੂੰ ਇੰਟਰਪ੍ਰੈਟ ਵੀ ਕੀਤਾ ਜਾਂਦਾ, ਉਹਦੇ ਵਿੱਚੋਂ ਇੱਕ ਨਜ਼ਰੀਆ ਉੱਭਰਦਾ, ਇੱਕ ਸੋਚ ਉੱਭਰਦੀ ਹੈ। ਇਸ ਕਰਕੇ ਰਾਜਵਿੰਦਰ ਸਿੰਘ ਰਾਹੀ ਨੇ ਜਿਹੜੀ ਕਿਤਾਬ ਇਹ ਲਿਖੀ ਹੈ ਉਹਦੇ 'ਚ ਦੋਵੇਂ ਗੱਲਾਂ, ਤੱਥ ਵੀ ਨਵੇਂ ਅਤੇ ਨਜ਼ਰੀਆ ਵੀ ਨਵਾਂ, ਦੋਵੇਂ ਗੱਲਾਂ ਜੁੜੀਆਂ ਹੋਈਆਂ ਵੀ ਹੈ। ਇੱਕ ਵਿਸ਼ੇਸ਼ ਨਜ਼ਰੀਏ ਤੋਂ ਲਿਖੀ ਕਿਤਾਬ ਅੰਦਰ ਕੁਛ ਅਜਿਹੇ ਤੱਥਾਂ ਨੂੰ ਨਜ਼ਰਅੰਦਾਜ਼ ਕੀਤਾ ਹੀ ਜਾਊ ਜਿਹੜੇ ਉਸ ਨਜ਼ਰੀਏ ਦੇ ਮੇਚ ਨਹੀਂ ਆਉਂਦੇ। ਸੋ ਬਹੁਤ ਜੋ ਤੁਸੀਂ ਇਹ ਕਿਤਾਬ ਪੜ੍ਹ ਕੇ ਦੇਖੋਗੇ ਕਿ ਬਹੁਤ ਸਾਰੇ ਅਹਿਮ ਤੱਥ ਨੂੰ ਜਿਹੜੇ ਪਹਿਲੀਆਂ ਕਿਤਾਬਾਂ ਨੇ ਨਜ਼ਰਅੰਦਾਜ਼ ਕੀਤੇ। ਹੁਣ ਜਿਹੜਾ ਨਜ਼ਰੀਏ ਦੀ ਗੱਲ ਹੈ, ਜਦੋਂ ਅਸੀਂ ਇਤਿਹਾਸ ਦੀ ਗੱਲ ਕਰਦੇ ਹਾਂ, ਵੈਸੇ ਤਾਂ ਇਤਿਹਾਸ ਆਮ ਕਿਹਾ ਜਾਂਦਾ ਕਿ ਹੈ ਹੀ ਇਹ ਇਤਿਹਾਸ ਤਾਂ ਸਟਰਗਲਸ ਦਾ ਹੀ ਇਤਿਹਾਸ ਹੈ, ਮਾਨਵਤਾ ਜੋ ਉਹਦੀ ਪੈਦਾ ਹੋਈ ਹੈ ਕਿਸੇ ਨਾ ਕਿਸੇ ਰੂਪ 'ਚ ਜ਼ਿੰਦਗੀ ਦਾ ਸੰਘਰਸ਼ ਚੱਲ ਰਿਹਾ, ਉਹ ਸੰਘਰਸ਼ਾਂ ਨੂੰ ਕਲਮਬੰਧ ਕੀਤਾ ਜਾਂ ਉਹਨਾਂ ਨੂੰ ਇੰਟਰਪ੍ਰੈਟ ਕੀਤਾ ਗਿਆ। ਹੁਣ ਇਤਿਹਾਸਕਾਰ ਸਾਹਮਣੇ ਸਭ ਤੋਂ ਅਹਿਮ ਸਵਾਲ ਇਹ ਹੋਊਗਾ ਜਦੋਂ ਉਹ ਕਿਸੇ ਵੀ ਦੌਰ ਦੇ ਇਤਿਹਾਸ ਨੂੰ ਜਾਂ ਲੋਕਾਂ ਬਾਰੇ ਲਿਖੂ ਕਿ ਉਹਨਾਂ ਲੋਕਾਂ ਨੂੰ ਲੜਨ ਵਾਸਤੇ ਕਿਹੜੀ ਗੱਲ ਨੇ ਮੋਟੀਵੇਟ ਕੀਤਾ। ਸਭ ਤੋਂ ਇੰਪੋਰਟੈਂਟ ਸਵਾਲ ਇਹ ਹੋਊਗਾ ਕਿ ਉਹ ਠੀਕ ਆਈਡੈਂਟੀਫਾਈ ਕਰ ਲੈਂਦੇ ਹੋ ਕਿ ਨਹੀਂ ਕਰ ਲੈਂਦੇ। ਹੁਣ ਪਿਛਲੇ ਜਿਹੜਾ ਮਾਡਰਨ ਟਾਈਮ ਹੈ ਸਾਰਾ, ਜਿਹਦੇ ਵਿੱਚ ਇਤਿਹਾਸਕਾਰੀ ਦਾ ਇੱਕ ਵਿਸ਼ੇਸ਼ ਰੂਪ ਅਤੇ ਇੱਕ ਵਿਸ਼ੇਸ਼ ਮਾਡਲ ਸਥਾਪਿਤ ਹੋ ਚੁੱਕਿਆ, ਜਿਹੜਾ ਯੂਨੀਵਰਸਿਟੀਆਂ 'ਚ ਪੜ੍ਹਾਇਆ ਜਾਂਦਾ ਅਤੇ ਜਿਹਨੂੰ ਅੱਜ ਪੂਰੀ ਮਾਨਤਾ ਪ੍ਰਾਪਤ ਹੈ, ਉਹਦੇ ਵਿੱਚ ਜਿਹੜਾ ਮੁੱਖ ਦੋਸ਼ ਅੱਜ ਲੱਭ ਰਹੇ ਨੇ ਜਿਹੜੇ ਕੁਛ ਵਿਦਵਾਨ, ਉਹ ਇਹ ਹੈ ਕਿ ਵਿਚਾਰਧਾਰਾ 'ਤੇ ਉਹ ਮੇਨ ਫੋਕਸ ਕਰਦੇ ਕਿ ਕਿਸੇ ਦੌਰ ਦੇ ਕਿਸੇ ਖਾਸ ਵਰਗ ਦੇ ਸੰਘਰਸ਼ ਨੂੰ ਤੁਸੀਂ ਜਦੋਂ ਦੇਖਣਾ ਕਿ ਕਿਹੜੀ ਵਿਚਾਰਧਾਰਾ ਸੀ ਜਿਹ ਤੋਂ ਉਹ ਪ੍ਰੇਰਿਤ ਹੋ ਕੇ ਲੜੀ। ਸੋ ਸਾਰੀ ਜਿਹੜੀ ਹੈਗੀ ਆ ਉਹਨਾਂ ਦੀ ਗੱਲ ਕੇਂਦਰ ਤੋਂ ਕਰਦੇ ਨੇ ਵਿਚਾਰਧਾਰਾ 'ਤੇ ਵੀ, ਸਭ ਤੋਂ ਇੰਪੋਰਟੈਂਟ ਵਿਚਾਰਧਾਰਾ। ਇਹ ਗੱਲ ਹੁਣ ਚੈਲੇਂਜ ਹੋ ਗਈ ਇਤਿਹਾਸਕਾਰਾਂ ਵੱਲੋਂ ਹੀ, ਕਿਉਂਕਿ ਵਿਚਾਰਧਾਰਾ ਤੋਂ ਤੁਸੀਂ ਸਾਰੇ ਮਨੁੱਖ ਦੇ ਵਿਹਾਰ ਨੂੰ ਐਕਸਪਲੇਨ ਨਹੀਂ ਕਰ ਸਕਦੇ। ਵਿਚਾਰਧਾਰਾ ਦਾ ਸੰਬੰਧ ਬੁੱਧੀ ਨਾਲ ਹੈ, ਵਿਚਾਰਧਾਰਾ ਦਾ ਸੰਬੰਧ ਤੁਹਾਡੇ ਚੇਤਨ ਮਨ ਨਾਲ ਹੈ, ਜੋ ਤੁਸੀਂ ਚੇਤਨ ਰੂਪ ਦੇ ਵਿੱਚ ਗ੍ਰਹਿਣ ਕਰ ਲਿਆ। ਮਨੋਵਿਗਿਆਨੀ ਸਾਰੇ ਫਰੈਡ ਤੋਂ ਲੈ ਕੇ ਜੁੰਗ ਤੱਕ ਉਹ ਇਹ ਗੱਲ ਕਹੀ ਆ ਉਹਨਾਂ ਨੇ ਕਿ ਮਨੁੱਖ ਦਾ ਜਿਹੜਾ ਵਿਹਾਰ ਹੈ ਉਹ ਇਕੱਲੇ ਚੇਤਨ ਮਨ ਤੋਂ ਨਹੀਂ ਨਿਰਧਾਰਿਤ ਹੁੰਦਾ, ਬੰਦਾ ਬਹੁਤ ਕੁਛ ਜ਼ਿੰਦਗੀ 'ਚ ਅਜਿਹਾ ਕਰਦਾ, ਜ਼ਿਆਦਾ ਸਗੋਂ ਜੋ ਉਹਦਾ ਅਮਲ ਹੈ ਉਹ ਅਚੇਤਨ ਮਨ ਤੋਂ ਪ੍ਰਭਾਵਿਤ ਨਿਰਧਾਰਿਤ ਹੋ ਰਿਹਾ ਹੁੰਦਾ, ਸਭ ਕੁਛ ਚੇਤਨ ਰੂਪ 'ਚ ਨਹੀਂ ਹੁੰਦਾ। ਸੋ ਅਚੇਤਨ ਮਨ ਦੇ ਵਿੱਚ ਕੀ ਆਊ ਕਿ ਤੁਹਾਡੇ ਸੰਸਕਾਰ ਕੀ, ਤੁਹਾਡੀਆਂ ਭਾਵਨਾਵਾਂ, ਤੁਹਾਡੀਆਂ ਫੀਲਿੰਗਸ, ਤੁਹਾਡੀਆਂ ਅੰਤਰ ਪ੍ਰੇਰਨਾਵਾਂ ਕਿਸ ਕਿਸਮ ਦੀਆਂ ਨੇ, ਜਿਹੜੀਆਂ ਦਬੀਆਂ ਪਈਆਂ ਕਿਤੇ, ਇਹ ਸਾਰੀਆਂ ਗੱਲਾਂ ਨੂੰ ਫਰੋਲਣਾ ਪਹਿਲਾਂ ਇਹ ਇਤਿਹਾਸਕਾਰੀ ਦੇ ਖੇਤਰ 'ਚੋਂ ਮਾਈਨਸ ਸੀ, ਜ਼ਿਆਦਾ ਗੱਲ ਵਿਚਾਰਧਾਰਾ ਉੱਤੇ ਫੋਕਸ ਕੀਤੀ ਜਾਂਦੀ ਸੀ। ਸੋ ਹੁਣ ਇਹ ਨਜ਼ਰੀਆ ਆਇਆ ਕਿ ਵਿਚਾਰਧਾਰਾ ਅਤੇ ਮਾਨਸਿਕਤਾ ਦੋਹਾਂ 'ਚੋਂ ਪ੍ਰਮੁੱਖ ਕਿਹਨੂੰ ਮੰਨਿਆ ਜਾਵੇ। 1991 ਦੇ ਵਿੱਚ ਇੱਕ ਮਾਈਕਲ ਬੋਬਲ ਨੇ ਕਿਤਾਬ ਲਿਖੀ ਸੀ ਮੈਂਟੈਲਿਟੀਜ਼ ਐਂਡ ਆਈਡਿਆਲੋਜੀ, ਇਤਿਹਾਸਕਾਰੀ ਬਾਰੇ ਨਜ਼ਰੀਏ ਦਿੱਤੇ। ਸੋ ਉਹਨੇ ਇਹ ਜਿਹੜੀ ਅਪਰੋਚ ਹੈ ਕਿ ਆਈਡਿਆਲੋਜੀ ਨੂੰ ਪ੍ਰਮੁੱਖ ਰੱਖਣਾ, ਉਸ ਨੂੰ ਰਿਜੈਕਟ ਕੀਤਾ ਅਤੇ ਇਹ ਕਿਹਾ ਕਿ ਜਿੰਨਾ ਚਿਰ ਤੁਸੀਂ ਮੈਂਟੈਲਿਟੀਜ਼ ਨੂੰ ਨਹੀਂ ਸਮਝਦੇ, ਕਿਸੇ ਲੋਕਾਂ ਨੂੰ ਤੁਸੀਂ ਉਹਨਾਂ ਦਾ ਇਤਿਹਾਸ ਠੀਕ ਨਹੀਂ ਸਮਝ ਸਕਦੇ। ਈ ਐਚ ਕਾਰ ਨੇ ਵੀ
हालांकि वह आपके समय के काफ़ी गलों तो प्रभावित सी, पर यह गल उन्हें कैटेगोरिकल कही है कि जिन्ना चिर तुसी उन्हां लोकां दे मना नाल नहीं जुड़ते जेड़ा जिन्हां दा तुसी इतिहास लिख रहे हो, तुसी ठीक इतिहास नहीं लिख सकते। हुण जो मना नाल जुड़न की गल आऊ तो कल्ले उहदी विचारधारा नहीं, उहदी बुद्धि नहीं, उहदी चेतनता नहीं, उहदा अचेत मन, समूहक अचेत मन की है उस कौम का, उस वर्ग का, जिन्ना चिर सानू उहदा पता नहीं होऊ सानू उहदे एक्शन उहदे अमल ओह साथों ठीक तरह एक्सप्लेन नहीं होणगे। सो असीं आम जिंदगी भी देखते हाँ कि जिहड़ा अचेतन मन है, थोड़ी मानसिकता जिहड़ी है उहदा रोल बहुत वड्डा। बड़ा एक ओबवियस जिहा फैक्ट है भी एक लहर दे विच चार बंदे इकट्ठे तुरदे ने, इकट्ठे इक्को किताबां पढ़दे ने, इक्को जे स्कूल जां मीटिंगां अटेंड करदे ने, गल्लां दा उहनूं इक्को जिहा पता चारां नूं कि गल की है, विचारधारा की है, सानूं की करना चाहीदा है। गिरफ्तार हो जांदे ने, तीन बंदे फांसी चढ़ते हैं तो एक बंदा वादा माफ बन जाता है। फिर की ये विचारधारा तो एक्सप्लेन हो जू ये फनोमना क्यों? सो जिहड़ा ये उहदी मानसिकता तो पता लगता है कि उहदे संस्कार, उहदियां फीलिंग्स ते उहदियां जिहड़ियां अंतर प्रेरनावां सी ओह किस किस्म दियां सीगियां, वह बुनियाद किन्नी कु मजबूत सी जदों लड़न वास्ते तुरिया। विचारधारक तौर पर बंदियां नूं सारियां गल्लां स्पष्ट हुंदियां ने। सो यह जिहड़ा हैगा फनोमना कि तुसी इतिहास नाल ठीक इंसाफ नहीं कर सकते जे उहदी जिहड़ी हैगी है मानसिकता तक नहीं जाओगे। हुण मानसिकता एक रात तां सिरजी नहीं जाती, यह तां नसलां दा काम है, पीढ़ियां दा, यह थोड़ी मानसिक विरासत है किसी वर्ग की। सो फिर थोड़ू वर्गों पर फोकस करना पऊ, कम्यूनिटीज के भाईचारियां ते कि इहदी मानसिकता की है, इहदी मानसिक विरासत की है। सो जो तुम वह करोगे तो जोड़ा यह प्रोजैक्ट है अज का, जोड़ा अज मतलब मॉडर्निटी का, कि तुम जी लैंगुएज ऑफ यूनीवर्सलिजम वरतो, भी तुम यह ना कहो भी वह सिख हो, हिंदू हो, मुसलमान, एक अजि जनरल आइडेंटिटी की गल करो जिस सारे समाज आन। वो जी लैंगुएज ऑफ यूनीवर्सलिजम है जिन्हों का उदाहरण भी दिखा सरदार करमजीत सिंह होर ने कि किमें पंजाब गुरु के बाग के मोर्चे को, जैतो के मोर्चे को, हर गल नूं भी सिख मूहों नहीं निकलता। मैं अपनी उदाहरण दिना कि जो असी कम्यूनिस्ट मूवमेंट के जो खाड़कू लहर भी चल रही थी तो असी खाड़कू लहर के समर्थक भी बन गए सी, उदों भी असी आपके परचे दे विच मतलब एक लेख लिखिया, क्योंकि जदों गुरदासपुर के घटना हुई सी जदों बीबियां ते बहुत जुल्म होए सी सारू चक पिंड दे विच, असी उत्थे लिखा कि पंजाबी औरतां ते जबर। मतलब हुण साडी किसे ने कल हाथ नहीं सी रोकिया होया भी सिख ना लिखो, पर वह एक मानसिकता सी जां पिछे मन दे विच इक विचार सी कि इन्हां टर्मां च गल नहीं करनी, वध तो वध जिहड़ी हैगी है इहनूं मानववाद यूनीवर्सलिजम इस दा नाम दे के एक वड्डी गल दे के भी इस तरह तो असी एक छोटे दायरे च सीमित हो जाएंगे। सो जदों इस दृष्टि तो लिखा जाऊ इतिहास वो बहुत ही सुंगड़िया ते एक दिशावी हो, वो किसी नूं इंस्पायर नहीं करू, वो एक छोटा जिहा वर्गी है जिहड़ा उन्हूं इंस्पायर हो। सो आ राजविंदर सिंह राही दी आ किताब मैं पढ़दा मतलब देखिया, वो पढ़ते पढ़ते थोनू मतलब ये नहीं कुछ तत्थों का पता लगता, एक अंदर जज्बा भी पैदा होंदा, तो जे जज्बा नहीं पैदा करती कोई किताब तो वह किताब निखिद रोशनी दे सकती है थोनू कुछ ना कुछ, उस रोशनी ने कुछ नहीं करना जे थोड़े चो स्पिरिट पैदा नहीं होंदी। सो ये कोई बनौती तरीके नाल नहीं भी राजविंदर राही ने कोई गल्लां बनौती करतियां, वापरी इस तरह कि वह माहौल, क्योंकि तत्थां की गल नहीं भी उस मौके तत्थ की सी, तत्थ एक खास माहौल च सिरजे जाते, जे सानू माहौल का नहीं पता, सानू तत्थां का पता भी होवे असी उहदी सिग्निफिकेंस नहीं समझ सकदे। सो इहदे विच फिर कल्पना की लोड़ पैंदी है कि वह माहौल सिरजना। हुण जिवें एक बहुत ही मेरे पॉइंट ऑफ व्यू तो बहुत ही इंपॉर्टेंट तत्थ जिहड़ा राही पहली बार लेके आया है, जिहड़ा किसी भी लेखक ने इहदों पहलां नहीं लिआंदा सी, कि जदों यह मुसाफिर मुड़े आ रहे सी जहाज जापान दे विच कोबी दी बंदरगाह ते लगे, कोबी दी बंदरगाह ते तां सब नूं पता सी कि बाबा सोहन सिंह भाखणा अमरीका तो आ के स्पैशली वह आए ही इस वास्ते सी कि इन्हां मुसाफरां नूं जाके मिलिए, बड़े दुखी ने, ते उन्हां नूं आपां इस लड़ाई विच जिहड़ी आजादी दी लड़ाई है
ਉਹਦੇ ਵਿੱਚ ਉਹ ਰੋਲ ਨਿਭਾਉਣਗੇ ਬਹੁਤ ਜ਼ਿਆਦਾ, ਕਿਉਂਕਿ ਉਹ ਬਹੁਤ ਤੰਗ ਹੋਏ ਹੋਏ ਨੇ। ਸੋ ਬਾਬਾ ਸੋਹਣ ਸੂ ਭਾਖਣਾ ਤਾਂ ਸਭ ਨੂੰ ਪਤਾ, ਇਹ ਕਿਤਾਬਾਂ 'ਚ ਆ ਚੁੱਕਿਆ ਕਿ ਕੋਬੀ ਦੇ ਵਿੱਚ ਉਹ ਉਹਨਾਂ ਨੂੰ ਆ ਕੇ ਮਿਲੇ, ਪਰ ਇਹ ਰਾਜਬਿੰਦ ਰਾਹੀ ਨੇ ਪਹਿਲੀ ਵਾਰ ਗੱਲ ਲਿਆਂਦੀ। ਅੱਗੇ ਕਰਤਾਰ ਸਿੰਘ ਸਰਾਭਾ ਵੀ ਉਹਨਾਂ ਨੂੰ ਮਿਲਿਆ ਉੱਥੇ, ਕਿਉਂਕਿ ਉਸੇ ਮੌਕੇ ਕਰਤਾਰ ਸਿੰਘ ਸਰਾਭਾ ਇੱਕ ਵੱਖਰੇ ਜਹਾਜ਼ 'ਚ ਆ ਰਿਹਾ ਸੀ ਅਮਰੀਕਾ ਤੋਂ, ਅਤੇ ਬਾਬਾ ਸੋਹਣ ਸੂ ਭਾਖਣਾ ਨੂੰ ਨਹੀਂ ਸੀ ਪਤਾ। ਉਹ ਤਾਂ ਉਹਦੀ ਬਾਬਾ ਸੋਹਣ ਸੂ ਭਾਖਣਾ ਕਹਿੰਦਾ ਮੈਂ ਬਾਹਰ ਜਦੋਂ ਜਹਾਜ਼ ਰੁਕਿਆ ਕੁਛ ਖਾਣ ਪੀਣ ਵਾਸਤੇ ਬਾਹਰ ਕੁਛ ਲੈਣ ਚੱਲਿਆ ਅਤੇ ਅੱਗੋਂ ਸਰਾਭਾ ਆਵੇ, ਜਿਵੇਂ ਅਚਾਨਕ ਕਿੱਥੋਂ ਪ੍ਰਗਟ ਹੋਇਆ ਹੁੰਦਾ। ਚਲੋ ਉੱਥੇ ਜਾ ਕੇ ਉਹ ਸਰਾਭਾ ਵੀ ਜਾ ਕੇ ਉਹਨਾਂ ਮੁਸਾਫਰਾਂ ਨੂੰ ਮਿਲਿਆ, ਅਤੇ ਇੰਟਰਸਟਿੰਗ ਗੱਲ ਇਹ ਹੋਈ ਵੀ ਉਹਨਾਂ ਮੁਸਾਫਰਾਂ ਵਿੱਚੋਂ ਦੋ ਉਹਦੇ ਸਕੂਲ ਦੇ ਜਮਾਤੀ ਮਿਲ ਗਏ, ਉਸ ਸਕੂਲ ਦੇ ਨਹੀਂ ਲੁਧਿਆਣੇ ਦੇ ਸਕੂਲ 'ਚ, ਜਿਵੇਂ ਅਲੱਗ ਅਲੱਗ ਉਦੋਂ ਮੁੰਡੇ ਉਦੋਂ ਸਟੂਡੈਂਟ ਬੜੇ ਥੋੜ੍ਹੇ ਹੁੰਦੇ ਸੀ ਪਿੰਡਾਂ ਦੇ ਜਿਹੜੇ ਸਕੂਲ 'ਚ ਪੜ੍ਹਦੇ ਸੀ। ਸੋ ਭਾਵੇਂ ਕੋਈ ਇੱਕ ਖਾਲਸਾ ਸਕੂਲ 'ਚ ਪੜ੍ਹਦਾ, ਇੱਕ ਮਿਸ਼ਨ ਸਕੂਲ 'ਚ ਪੜ੍ਹਦਾ, ਇੱਕ ਆਰੀਆ ਸਕੂਲ 'ਚ, ਇੱਕ ਇਸਲਾਮੀਆ ਸਕੂਲ 'ਚ, ਉਹ ਆਪਸ ਵਿੱਚ ਹੀ ਮਿਲਦੇ ਰਹਿੰਦੇ, ਛੋਟਾ ਜਿਹਾ ਸ਼ਹਿਰ ਸੀ ਉਦੋਂ ਲੁਧਿਆਣਾ। ਸੋ ਉਸ ਮੌਕੇ ਦੇ ਉੱਤੇ ਗੁਰਮੁਖ ਸਿੰਘ ਲਲ ਤੋਂ ਜਿਹੜੇ ਉਹ ਮਿਸ਼ਨ ਸਕੂਲ 'ਚ ਪੜ੍ਹਦੇ ਸੀ, ਇੱਕ ਹਰਨਾਮ ਸਿੰਘ ਗੁੱਜਰਵਾਲ ਸੀ ਉਹਨਾਂ ਵਿੱਚੋਂ, ਉਹਦੇ ਪਿੰਡ ਦਾ ਗੁਆਂਢੀ ਸੀ, ਉਹ ਸਕੂਲ ਦੇ ਵਿੱਚ ਇੱਕ ਦੂਜੇ ਨੂੰ ਇਸ ਤਰ੍ਹਾਂ ਜਾਣਦੇ ਸੀ, ਮਤਲਬ ਕਰਤਾਰ ਸਿੰਘ ਸਰਾਭਾ ਉਹਨਾਂ ਨੂੰ ਮਿਲਿਆ। ਹੁਣ ਜੇ ਤੁਸੀਂ ਕਰਤਾਰ ਸਿੰਘ ਸਰਾਭਾ ਨੂੰ ਕੋਈ ਜਾਣਦਾ ਤਾਂ ਉਹਦਾ ਉਹਨਾਂ ਨੂੰ ਮਿਲਣਾ ਇਹ ਕੋਈ ਆਮ ਜੀ ਘਟਨਾ ਨਹੀਂ, ਵੀ ਚਲੋ ਮਿਲਿਆ ਅਤੇ ਗੱਲਾਂ ਬਾਤਾਂ ਹੋਈਆਂ ਹੋਣਗੀਆਂ। ਉਹਨੇ ਉਹਨਾਂ ਨੂੰ ਕਿੰਨਾ ਇੰਸਪਾਇਰ ਕੀਤਾ ਹੋਊ, ਉਹਨਾਂ 'ਚ ਕਿੰਨਾ ਜਜ਼ਬਾ ਭਰਿਆ ਹੋਊ, ਕਿਉਂਕਿ ਉਹੀ ਬੰਦੇ ਫਿਰ ਬਾਬਾ ਗੁਰਮੁਖ ਸਿੰਘ ਲਲ ਤੋਂ, ਹਰਨਾਮ ਸਿੰਘ ਕਹੂਟਾ, ਹਰਨਾਮ ਸਿੰਘ ਗੁੱਜਰਵਾਲ, ਉਹ ਬੰਦੇ ਗਦਰ ਲਹਿਰ ਦੇ ਹੀਰੋ ਬਣੇ ਆ ਕੇ। ਸੋ ਇਹ ਤੱਥ ਲੱਗੂ ਤਾਂ ਇਹ ਵੀ ਛੋਟਾ ਜਿਹਾ ਤੱਥ ਹੈ, ਉਹਨਾਂ ਨੇ ਆ ਕੇ ਇੱਥੇ ਕਿੱਡਾ ਵੱਡਾ ਰੋਲ ਨਿਭਾਇਆ ਸਾਰਾ ਕੁਛ। ਹੁਣ ਜਿਹੜੀ ਇਹ ਅਰਜ਼ ਹੈ, ਤਾਂਘ ਹੈ ਬੰਦੇ ਦੇ ਅੰਦਰ, ਮੈਂ ਹੋਰ ਲੱਭਾਂ ਕੁਛ ਹੋਰ ਲੱਭਾਂ, ਉਹ ਕਿਸੇ ਆਪਦੇ ਵੱਡੀ ਸਪਿਰਿਟ ਅਤੇ ਕਮਿਟਮੈਂਟ ਤੋਂ ਬਿਨਾਂ ਨਹੀਂ ਪੈਦਾ ਹੁੰਦਾ। ਜਿਹਨੇ ਸਿਰਫ ਆਪਦਾ ਨਾਂ ਛਪਾਉਣ ਵਾਸਤੇ ਵੀ ਮੈਂ ਵੀ ਲਿਖਤੀ, ਸ਼ਤਾਬਦੀ ਆ ਰਹੀ ਹੈ ਘਾਮਾ ਘਾਟਾ ਮਾਰੂ ਦੀ, ਚਲੋ ਮੈਂ ਵੀ ਆਪਦੀ ਹਾਜ਼ਰੀ ਲਵਾਵਾਂ, ਬਹੁਤੀਆਂ ਕਿਤਾਬਾਂ ਇਸ ਤਰ੍ਹਾਂ ਦੀਆਂ ਆ ਰਹੀਆਂ, ਬੰਦੇ ਹਾਜ਼ਰੀਆਂ ਲਵਾ ਰਹੇ, ਕੋਈ ਵੱਡੀ ਕਮਿਟਮੈਂਟ ਨਹੀਂ ਪਿੱਛੇ, ਕੋਈ ਉਹਨਾਂ 'ਚ ਆਪਦੇ 'ਚ ਕੋਈ ਜਜ਼ਬਾ ਨਹੀਂ ਉਸ ਤਰ੍ਹਾਂ ਦਾ। ਸੋ ਇਤਿਹਾਸ ਲਿਖਣ ਵਾਸਤੇ ਇੱਕ ਜਜ਼ਬਾ ਵੀ ਚਾਹੀਦਾ, ਇਕੱਲੀ ਦ੍ਰਿਸ਼ਟੀ ਦੀ ਲੋੜ ਨਹੀਂ, ਤਾਂ ਹੀ ਤੁਸੀਂ ਉਸ ਮਾਹੌਲ ਨੂੰ ਉਹ ਸਾਰੇ ਕੁਛ ਨੂੰ ਠੀਕ ਤਰ੍ਹਾਂ ਉਹ 'ਚ ਪ੍ਰਗਟ ਕਰ ਸਕੋਗੇ। ਸੋ ਇਹ ਜਿਹੜਾ ਹੈਗਾ ਮਤਲਬ ਪੱਖ ਰਾਜਵਿੰਦਰ ਰਾਹੀ ਨੇ, ਇਸ ਪੱਖੋਂ ਇਹ ਪਹਿਲੀ ਕਿਤਾਬ ਹੈ, ਤੁਸੀਂ ਪੜ੍ਹੋਗੇ ਜਿਵੇਂ ਤੁਹਾਨੂੰ ਐਂ ਲੱਗੂ ਤੁਸੀਂ ਉੱਥੇ ਵਿੱਚ ਹੀ ਵਿਚਰ ਰਹੇ ਹੋ। ਇੱਕ ਮਾਹੌਲ ਸਿਰਜਦਾ ਪੂਰਾ ਕਿ ਕਿਵੇਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਰਿਹਾ, ਕਿਵੇਂ ਉਹਨਾਂ ਨੇ ਮਤਲਬ ਵਾਕ ਲਿਆ, ਕਿਸ ਤਰ੍ਹਾਂ ਜਕਾਰਾ ਛੱਡਿਆ, ਕਿਸ ਤਰ੍ਹਾਂ ਲੰਗਰ 'ਚ ਬੈਠੇ, ਕਿਸ ਤਰ੍ਹਾਂ ਛੱਕ ਰਹੇ ਨੇ, ਉਹ ਤੁਸੀਂ ਉਹਨਾਂ ਦਾ ਸਾਰਾ ਇੱਕ ਜਿਵੇਂ ਲੱਗੂਗਾ ਵੀ ਅਸੀਂ ਵਿੱਚ ਹੀ ਉਹਨਾਂ ਦੇ ਵਿੱਚ ਵਿਚਰ ਰਹੇ ਹਾਂ, ਪੂਰਾ ਇੱਕ ਦ੍ਰਿਸ਼ ਤੁਹਾਡੇ ਸਾਹਮਣੇ ਆ ਜਾਂਦਾ। ਉਹਦੇ ਵਿੱਚੋਂ ਤੁਹਾਨੂੰ ਇਹ ਗੱਲ ਕੋਈ ਓਪਰੀ ਲੱਗਣੀ ਨਹੀਂ ਕਿ ਜੋ ਉਹਨਾਂ ਨੇ ਸੂਰਮਗਤੀ ਜਿੰਨੀ ਬਹਾਦਰੀ ਉੱਥੇ ਦਿਖਾਈ ਅਤੇ ਉਹ ਕੋਈ ਓਪਰੀ ਗੱਲ ਨਹੀਂ ਸੀ, ਕਿਉਂਕਿ ਉਹਦਾ ਪਲ ਪਲ ਵਾਸਤੇ ਤਿਆਰ ਹੋ ਰਹੇ ਉਹਨਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਉਸ ਤਰ੍ਹਾਂ ਨਹੀਂ ਕੋਈ ਸਿਰਫ ਮੱਥਾ ਟੇਕਦਾ। ਉਹ ਵਾਕਈ ਜੋ ਇੱਕ ਸੱਚੇ ਸਿੱਖ ਨੂੰ ਗੁਰੂ ਤੋਂ ਅਤੇ ਗੁਰੂ ਗ੍ਰੰਥ ਸਾਹਿਬ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ, ਉਹ ਉਸ ਤਰ੍ਹਾਂ ਪ੍ਰੇਰਨਾ ਲੈ ਰਹੇ। ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਇਹ, ਕਿਉਂਕਿ ਜਿਹੜੀ ਅੱਜ ਡੋਮੀਨੈਂਟ ਆਈਡਿਆਲੋਜੀ ਹੈ, ਵਿਚਾਰਧਾਰਾ ਹੈ ਜਾਂ ਫਲਸਫਾ, ਉਹਦੇ ਮੇਚ ਨਹੀਂ ਆਉਂਦੀਆਂ ਕਿ ਲੋਕਾਂ ਨੂੰ ਧਰਮ ਤੋਂ ਪ੍ਰੇਰਿਤ ਹੁੰਦਿਆਂ ਦਿਖਾਇਆ ਜਾਵੇ, ਧਰਮ ਨੂੰ ਪੋਜ਼ਿਟਿਵ ਲਾਈਟ ਦੇ ਵਿੱਚ ਪੇਸ਼ ਕੀਤਾ ਜਾਵੇ। ਹਮੇਸ਼ਾ ਧਰਮ ਨੂੰ ਨਿੰਦਣ ਦੀ ਗੱਲ ਹੀ ਕੀਤੀ ਜਾਂਦੀ ਹੈ ਕਿ ਇਹ ਮਾਨਵਤਾ ਨੂੰ ਲੜਾਉਂਦਾ ਹੈ, ਇਹ ਕਿੰਨੀਆਂ ਗੱਲਾਂ ਜਿਹੜੀਆਂ ਆਪਾਂ ਰੋਜ਼ ਦੇਖਦੇ ਹਾਂ। ਸੋ ਉਹ ਕਿਵੇਂ ਇੰਸਪਾਇਰ ਕਰਦਾ ਹੈ ਧਰਮ, ਇਹ ਆਪਾਂ ਆਪਣੇ ਖਾਸ ਕਰਕੇ ਪੰਜਾਬ ਦੇ ਵਿੱਚ ਤਾਂ ਮਤਲਬ ਇਹ ਗੱਲ ਸਾਫ਼ ਹੀ ਪਤਾ। ਜਦੋਂ ਅਸੀਂ ਕਮਿਊਨਿਸਟ ਲਹਿਰ ਤੋਂ ਇੱਧਰ ਨੂੰ ਥੋੜ੍ਹਾ ਆਉਣ ਲੱਗੇ, ਅਸੀਂ ਕੁਛ ਵਿਦਵਾਨਾਂ ਨੂੰ ਵੀ ਮਿਲੇ, ਅਤੇ ਉਹਨਾਂ ਵਿੱਚੋਂ ਇੱਕ ਲਾਲੀ ਸੀ ਜਿਹਨੂੰ ਜਾਣਦੇ ਹੋਣਗੇ ਬੰਦੇ ਜਿਹੜੇ ਪੁਰਾਣੇ ਨੇ, ਪਟਿਆਲੇ ਦਾ ਇੱਕ ਦਾਰਸ਼ਨਿਕ ਵੱਡਾ ਦਰਵੇਸ਼ ਲਾਲੀ ਬਾਬਾ ਜਿਹਨੂੰ ਕਹਿੰਦੇ ਆ। ਸੋ ਮੈਂ ਤਾਂ ਉਹਨੂੰ ਜਾਣਦਾ ਨਹੀਂ ਸੀ, ਮੈਂ ਤਾਂ ਚਲੋ ਜੀ ਉਹਨੇ ਹੱਥ ਮਿਲਾਇਆ ਅਤੇ ਦੱਸਿਆ ਮੇਰੇ ਬਾਰੇ ਕਿਸੇ ਨੇ ਅਤੇ ਵੀ ਇਹ ਕਮਿਊਨਿਸਟ ਹੈ ਅਤੇ ਹੁਣ ਇਹ ਅੱਜ ਕੱਲ੍ਹ ਇਸ ਤਰ੍ਹਾਂ ਸੋਚ ਰਹੇ ਨੇ। ਉਹਨੇ ਬਸ ਮੈਨੂੰ ਮੇਰੇ ਮੋਢੇ 'ਤੇ ਹੱਥ ਮਾਰ ਕੇ ਨਾ ਥਾਪੀ ਜੀ ਦੇ ਕੇ ਇੱਕੋ ਹੀ ਗੱਲ ਕਹੀ, ਕਹਿੰਦਾ ਪੰਜਾਬ ਦੇ ਵਿੱਚ ਮਾਰਕਸ ਨੂੰ ਨੀਲੇ ਘੋੜੇ 'ਤੇ ਬਿਠਾਉਣਾ ਪਊ। ਇਹ ਬੜੀ ਪਾਵਰਫੁਲ ਸਟੇਟਮੈਂਟ ਸੀ, ਨੀਲੇ ਘੋੜੇ ਤੋਂ ਬਗੈਰ ਨਹੀਂ ਇੱਥੇ ਚੱਲਣਾ, ਨਾ ਮਾਰਕਸ ਨਾ ਕੋਈ ਹੋਰ। ਸੋ ਇਹ ਨੀਲਾ ਘੋੜਾ ਕੀ ਕਰਦਾ, ਇਹ ਆਪਦੇ ਆਪ 'ਚ ਇਹ ਜਿਹੜਾ ਹੈਗਾ ਰੂਪ ਕੇ ਕੀ ਹੈ, ਇਹ ਅਚੇਤਨ ਮਨ ਦਾ ਜਿਹੜੀ ਸਾਰੀ ਗੱਲ ਹੈ ਨਾ, ਕਿ ਤੁਹਾਡੇ ਅੰਦਰ ਦੇ ਬਲਬਲੇ ਕੁਛ ਪ੍ਰਤੀਕਾਂ 'ਚ ਜਾ ਜ਼ਾਹਰ ਹੁੰਦੇ ਆ,
ਜਦੋਂ ਲੇਖਕ ਵੀ ਲਿਖਦਾ ਜਦੋਂ ਨੀਲਾ ਘੋੜਾ ਕਹੂਗਾ ਜਦੋਂ ਸੀਸ ਤਲੀ 'ਤੇ ਕਹੂ ਜਦੋਂ ਬੰਦ ਬੰਦ ਕਟਵਾਏ ਚਰਖਦੀਆਂ 'ਤੇ ਚੜ੍ਹੇ ਇਹ ਇਕੱਲੇ ਸ਼ਬਦ ਨਹੀਂ ਇਹਨਾਂ ਦੇ ਪਿੱਛੇ ਇੱਕ ਪੂਰਾ ਇਤਿਹਾਸ ਹੈ ਜਦੋਂ ਬੰਦਾ ਲਿਖਦਾ ਉਹ ਆਪ ਉਸ ਜੱਜ ਵਿੱਚ ਆ ਕੇ ਲਿਖਦਾ ਅਤੇ ਜਿਹੜੇ ਬੰਦੇ ਉਸ ਧਰਮ ਨਾਲ ਉਸ ਚੀਜ਼ ਨਾਲ ਜੁੜੇ ਹੋਣਗੇ ਜਦੋਂ ਪੜ੍ਹਨਗੇ ਉਹਨਾਂ ਵਿੱਚੋਂ ਜਜ਼ਬਾ ਪ੍ਰਗਟ ਹੋਊ ਨਹੀਂ ਸਾਰਾ ਇਤਿਹਾਸ ਖੁਸ਼ਕ ਤੱਥਾਂ ਦਾ ਸੰਗ੍ਰਹਿ ਹੋਊਗਾ ਸੋ ਮੈਂ ਇੰਨੀਆਂ ਕੁ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀਗੀਆਂ ਬਾਕੀ ਕਿਤਾਬ ਆਈ ਬਹੁਤ ਵਧਾਈ ਦਾ ਹੱਕਦਾਰ ਹੈ ਰਾਜਵਿੰਦਰ ਸਿੰਘ ਰਾਹੀ ਬਹੁਤ ਮਿਹਨਤ ਖਾਸ ਕਰਕੇ ਇਹਦੇ ਵਾਸਤੇ ਉਹ ਮਿਹਨਤ ਕਰਨੀ ਅਸੀਂ ਇੱਕ ਹਿਸਾਬ ਨਾਲ ਬੜੇ ਪ੍ਰਿਵਲੇਜਾਂ ਬੰਦੇ ਜਿਹੜੇ ਮਿਡਲ ਕਲਾਸ 'ਚੋਂ ਆਏ ਹੁੰਦੇ ਹਾਂ ਕਿ ਸਾਨੂੰ ਉਹ ਸੁੱਖ ਸਹੂਲਤਾਂ ਵੀ ਹੁੰਦੀਆਂ ਇਹ ਅਜਿਹੇ ਜਿਹੀਆਂ ਹਾਲਤ 'ਚ ਇਹਨੂੰ ਲਿਖਣਾ ਪੈ ਰਿਹਾ ਉਹ ਤਾਂ ਧੰਨ ਆ ਮਤਲਬ ਫਿਰ ਵੀ ਲਿਖੀ ਜਾਂਦਾ ਹੈ ਗੁਰਬਤ ਵੀ ਹੈ ਕਬੀਲਦਾਰੀ ਵੀ ਹੈ ਅਤੇ ਪਿੰਡ 'ਚ ਬੈਠਾ ਉੱਥੇ ਬਹਿ ਕੇ ਇੰਨੀ ਮਿਹਨਤ ਕਰਨੀ ਅਤੇ ਇੰਨੀ ਖੋਜ ਅਤੇ ਇੰਨੀ ਲਾਗਣ ਉਹ ਕਿਸੇ ਕਮਿਟਮੈਂਟ ਤੋਂ ਬਿਨਾਂ ਨਹੀਂ ਹੋ ਸਕਦਾ ਸੋ ਕਮਿਟਮੈਂਟ ਝਲਕਦੀ ਹੈ ਇਸ ਕਿਤਾਬ ਦੇ ਵਿੱਚੋਂ ਵੀ ਸੋ ਇੰਨੀਆਂ ਵਿਚਾਰਾਂ ਨੂੰ ਮੈਂ ਮਾਫ਼ੀ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।